ਸਾਡੇ ਨਾਲ ਲੱਗਦਾ ਮੁਲਕ ਨੇਪਾਲ ਤੇ ਪਿੱਛੇ ਜੇ ਨਿਊਜ਼ ਪੇਪਰ ਵਿੱਚ ਆਇਆ ਉਹਨਾਂ ਨੇ ਹਿੰਦੁਸਤਾਨ ਦੇ ਕੁਝ ਚੈਨਲ ਟੀਵੀ ਤੋਂ ਬੰਦ ਕਰਾ ਦਿੱਤੇ ਨੇ। ਕਿਸੇ ਨੇ ਪੁੱਛਿਆ ਜੀ ਬੰਦ ਕਿਉਂ ਕਰਾਏ ਤੇ ਨੇਪਾਲ ਦੀ ਸਰਕਾਰ ਨੇ ਇਹ ਗੱਲ ਕਹੀ, ਕਹਿਣ ਲੱਗੇ ਜਿੰਨਾ ਅੰਧ ਵਿਸ਼ਵਾਸ ਇਹ ਭਾਰਤ ਦੇ ਚੈਨਲ ਟੀਵੀ ਤੇ ਫੈਲਾ ਰਹੇ ਨੇ, ਕੋਈ ਸਾਈਂ ਬਾਬਾ, ਕੋਈ ਬੰਗਾਲੀ ਬਾਬਾ, ਕੋਈ ਕਾਲੇ ਇਲਮ ਦਾ ਮਾਰ, ਤੇ ਪਿੱਛੇ ਜੇ ਪੰਜਾਬ ਦੀ ਧਰਤੀ ਤੇ ਇੱਕ ਬਾਬਾ ਆਇਆ ਜਿਹਨੇ 20 ਰੁਪਈਆਂ ਦੀ ਖੀਰ ਦੀ ਕੌਲੀ 400 ਰੁਪਈਏ ਚ ਵੇਚੀ, ਜਿਹਨੇ 10 ਰੁਪਈਆਂ ਦੀ ਜਵੈਨ 300 ਰੁਪਈਏ ਚ ਵੇਚੀ। ਇਹਦਾ ਮਤਲਬ ਅੱਜ ਧਰਮ ਦੇ ਨਾਂ ਤੇ ਅੰਧ ਵਿਸ਼ਵਾਸ ਫੈਲਾਇਆ ਜਾ ਰਿਹਾ। ਮੈਂ ਤੇ ਕਈ ਵਾਰ ਹੈਰਾਨ ਹੁੰਦਾ, ਵੇਖੋ ਇਲਮ ਸ਼ਬਦ ਹੈ ਉਰਦੂ ਦਾ ਤੇ ਇਹਦਾ ਅਰਥ ਹੈ ਗਿਆਨ, ਤੇ ਗਿਆਨ ਕਦੇ ਕਾਲਾ ਨਹੀਂ ਹੁੰਦਾ, ਪਰ ਅੱਜ ਪੰਜਾਬ ਦੀ ਧਰਤੀ ਤੇ ਜੋਤਸ਼ੀ ਤੇ ਬਾਬੇ ਉਹ ਕਾਲਾ ਇਲਮ ਕਹਿ ਕੇ ਲੋਕਾਂ ਨੂੰ ਧਰਮ ਦੇ ਨਾਂ ਤੇ ਲੁੱਟਦੇ ਪਏ ਨੇ। ਸੱਚ ਜਾਣਿਓ ਕਲਗੀਧਰ ਬਾਪੂ ਨੇ ਕਿਹਾ ਸੀ, ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੋਨ ਅਜੈ ਅਵਿਨਾਸ਼ੀ ਤੇ ਪਰਮੇਸ਼ਰ ਜਾਨੋ। ਉਹ ਅਕਾਲ ਪੁਰਖ ਤੋਂ ਬਗੈਰ, ਸਾਹਿਬ ਤੋਂ ਬਗੈਰ ਮੇਰਾ ਸਿੱਖ ਕਦੇ ਕਿਸੇ ਹੋਰ ਦਾ ਧਿਆਨ ਮਨ ਵਿੱਚ ਨਹੀਂ ਲੈ ਕੇ ਆਵੇਗਾ, ਕਦੇ ਕਿਸੇ ਦੀ ਪੂਜਾ ਨਹੀਂ ਕਰੇਗਾ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਤੇ ਦੀਦਾਰ ਕਿਹਦਾ ਕਰਨਾ ਹੈ, ਦੀਦਾਰ ਖਾਲਸੇ ਦਾ। ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ